ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬ ਸਰਕਾਰ ਅਤੇ ਪੇਂਡੂ ਵਿਕਾਸ ਵਿਭਾਗ ਪੰਜਾਬ ਦੀਆਂ ਹਿਦਾਇਤਾਂ ਅਤੇ ਸਰਬੱਤ ਵਿਕਾਸ ਯੋਜਨਾ ਅਧੀਨ ਇੱਕ ਰੋਜ਼ਾ ਕੈਂਪ ਪਿੰਡ ਸੰਘ ਢੇਸੀਆਂ ਵਿਖੇ 19 ਜੁਲਾਈ ਨੂੰ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ BDPO ਰੋਡਕਾ ਕਲਰ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀ ਮੌਜੂਦ ਹੋਣਗੇ ਜੋ ਬਲਾਕ ਰੁੜਕਾ ਕਲਾ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਸੰਬੰਧੀ ਵੀ ਜਾਣੂ ਕਰਵਾਇਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਇਹਨਾਂ ਸਕੀਮਾਂ ਦਾ ਲਾਭ ਦੇਣ ਲਈ ਅਰਜ਼ੀਆਂ ਵੀ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਮੌਕੇ 'ਤੇ ਲਈਆਂ ਜਾਣਗੀਆਂ। ਉਹਨਾਂ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਪੰਜਾਬ ਸਰਕਾਰ ਦੀਆਂ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਭਾਗ ਵੱਲੋਂ ਸੰਘ ਢੇਸੀਆਂ ਵਿਖੇ ਸਰਬੱਤ ਵਿਕਾਸ ਯੋਜਨਾ ਅਧੀਨ ਇੱਕ ਰੋਜ਼ਾ ਜਿਹੜਾ ਉਹ ਕੈਂਪ ਲਾਇਆ ਜਾ ਰਿਹਾ। ਉਸ ਵਿੱਚ ਬਲਾਕ ਰੋੜਕਾ ਕਲਾਂ ਦੇ ਸਾਰੇ ਪਿੰਡ ਵਾਸੀਆਂ ਨੇ ਅਸੀਂ ਉਹਦੇ ਵਿੱਚ ਬੁਲਾਇਆ ਹੋਇਆ। ਪਿੰਡ ਵਾਸੀਆਂ ਦੀਆਂ ਜਿਹੜੀਆਂ ਵਿਸ਼ੇਸ਼ ਸਮੱਸਿਆਵਾਂ ਨੇ ਉਹਦੇ ਲਈ ਸਾਰੇ ਵਿਭਾਗ ਜਿੱਦਾਂ CDPO ਦਾ ਪੈਨਸ਼ਨਾਂ ਨਾਲ ਸੰਬੰਧਿਤ ਆਮ ਲੋਕਾਂ ਦਾ ਵਾਹ ਪੈਂਦਾ ਜੀ, ਅਤੇ ਫੂਡ ਸਪਲਾਈ ਆਟਾ ਦਾਲ ਦੇ ਕਾਰਡ ਵਗੈਰਾ ਬਣਦੇ ਆ ਜਾਂ ਵੈਰੀਫਾਈ ਹੁੰਦੇ ਆ। ਇਸ ਤੋਂ ਇਲਾਵਾ ਪਾਵਰ ਕਾਮ ਜਿਹੜਾ ਮਹਿਕਮਾ, ਇੰਪਲਾਇਮੈਂਟ ਜਿਹੜਾ SDO ਜਲ ਸਪਲਾਈ, SDO ਡਰੇਨਜ, ਅਤੇ ਰੈਵਨਿਊ ਦੇ ਤਹਿਸੀਲਦਾਰ ਸਾਹਿਬ, ਨਾਇਬ ਤਹਿਸੀਲਦਾਰ ਸਾਹਿਬ ਅਤੇ ਹੋਰ ਸਾਰੇ ਵਿਭਾਗਾਂ ਦੇ 16-17 ਵਿਭਾਗਾਂ ਦਾ ਪੂਰਾ ਕਵਰੇਜ ਹੋਏਗੀ ਜੀ। ਉਹ ਸਾਰੇ ਉੱਥੇ ਕੈਂਪ ਵਿੱਚ ਸ਼ਾਮਿਲ ਹੋਣਗੇ। ਜਿਹੜਾ ਲਾਭਪਾਤਰੀ ਆਏਗਾ ਉਹ ਆਪਣੀ ਉੱਥੇ ਦਰਖਾਸਤ ਦਏਗਾ, ਉਹ ਵੀ ਲਿਖਣ ਦੀ ਸਹੂਲਤ ਅਸੀਂ ਖੁਦ ਹੀ ਲਿਖਣਗੇ ਜੀ, ਮਹਿਕਮੇ ਵਾਲੇ ਉਹਨਾਂ ਦੇ ਸਾਈਨ ਕਰਾਉਣਗੇ। ਇਸ ਉਪਰੰਤ ਜੋ ਲਾਭ ਦੇਣਾ ਬਣਦਾ ਮੌਕੇ 'ਤੇ ਦਿੱਤਾ ਜਾ ਸਕਦਾ ਉਹ ਉਹਨਾਂ ਨੂੰ ਮੌਕੇ 'ਤੇ ਦਿੱਤਾ ਜਾਏਗਾ। ਜੋ ਸਰਕਾਰ ਦੀਆਂ ਸਕੀਮਾਂ ਨੇ ਕਿ ਉਹ ਵੈਰੀਫਿਕੇਸ਼ਨ ਕਰ ਰਹੀਆਂ ਜਾਂ ਹੋਰ, ਉਹ ਫਿਰ ਅਸੀਂ ਉਹਨੂੰ ਪ੍ਰੋਸੈਸ ਵਿੱਚ ਪਾ ਦਿੱਤਾ ਜਾਏਗਾ। ਲੋਕਾਂ ਦੇ ਬਰੂਹੇ 'ਤੇ ਜਾ ਕੇ ਲੋਕਾਂ ਦੇ ਕੰਮ ਕਰਨ ਵੱਲ ਜਿਹੜਾ ਇਹ ਇੱਕ ਪਹਿਲ ਕੀਤੀ ਆ, ਅਤੇ ਮੈਨੂੰ ਪਤਾ ਲੱਗਿਆ ਕਿ ਇੱਧਰ ਕੋਈ ਕੈਂਪ ਅਜਿਹਾ ਨਹੀਂ ਲੱਗਾ, ਅਤੇ ਮੈਂ ਲੋਕਾਂ ਨੂੰ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਆਓ ਅਤੇ ਆਪਣਾ ਵੱਧ ਤੋਂ ਵੱਧ ਲਾਭ ਲਓ ਜੀ।